ਰੰਗਲਾ ਪੰਜਾਬ ਦੀ ਟੀਮ ਵੱਲੋਂ तमाम ਦੇਖਣ ਵਾਲਿਆਂ ਨੂੰ ਅਸਲਾਮੁਅਲੈਕਮ ਅੱਜ ਰੰਗਲਾ ਪੰਜਾਬ ਦੀ ਟੀਮ ਜਿਹੜੀ ਤੁਹਾਡੇ ਲਈ ਇੱਕ ਖਾਸ ਪੰਜਾਬੀ ਇੱਕ ਚੀਜ਼ ਲੈ ਕੇ ਆਈ ਹੈ ਜਿਹੜੀ ਕਿ ਆਮ ਤੌਰ ਤੇ ਸਾਡੇ ਸ਼ਹਿਰਾਂ ਵਿੱਚ ਇਹਨੂੰ ਖਤਮ ਹੁੰਦੀ ਜਾ ਰਹੀ ਹੈ ਅਸੀਂ ਤੁਹਾਨੂੰ ਉਹਦੇ ਬਾਰੇ ਅੱਜ ਜਾਣਕਾਰੀ ਦੇਵਾਂਗੇ ਜਿਹੜੇ ਪੰਜਾਬੀ ਵਿੱਚ ਅੱਠ ਪੈਰ ਹੁੰਦੇ ਨੇ ਅਸੀਂ ਤੁਹਾਨੂੰ ਉਹਨਾਂ ਅੱਠ ਪੈਰਾਂ ਦੇ ਹਵਾਲੇ ਨਾਲ ਅੱਜ ਤਫਸੀਲਾਂ ਦੱਸਾਂਗੇ ਕਿ ਇਹ ਅੱਠ ਪੈਰ ਕਦੋਂ ਸ਼ੁਰੂ ਹੁੰਦੇ ਨੇ ਕਿੱਥੇ ਤੱਕ ਜਾਂਦੇ ਨੇ ਤੇ ਘੜੀ ਦੇ ਮੁਤਾਬਕ ਹਰ 3 ਘੰਟੇ ਬਾਅਦ ਇਹ ਜਿਹੜਾ ਪੈਰ ਹੈ ਉਹ ਤਬਦੀਲ ਹੋ ਜਾਂਦਾ ਹੈ ਇਹਦੀ ਕੀ ਖਾਸੀਅਤ ਹੈ ਇਹਦੀਆਂ ਕੀ ਇਹਦੇ ਵਿੱਚ ਚੀਜ਼ਾਂ ਹੁੰਦੀਆਂ ਨੇ ਉਹਦੇ ਬਾਰੇ ਤੁਹਾਨੂੰ ਦੱਸਦੇ ਆ ਤੇ ਆਓ ਸਾਡੇ ਨਾਲ ਰੰਗਲਾ ਪੰਜਾਬ ਦਾ ਜਿਹੜਾ ਚੈਨਲ ਹੈ ਇਹਨੂੰ ਲਾਈਕ ਕਰੋ ਸਬਸਕ੍ਰਾਈਬ ਕਰੋ ਤਾਂ ਕਿ ਹਰ ਆਉਣ ਵਾਲੀ ਵੀਡੀਓ ਤੁਹਾਡੇ ਕੋਲ ਪਹੁੰਚਦੀ ਰਹੇ ਧੰਮੀ ਵੇਲਾ ਪੰਜਾਬੀ ਵਿੱਚ ਪਹਿਲੇ ਪਹਿਰ ਨੂੰ ਧੰਮੀ ਵੇਲਾ ਕਹਿੰਦੇ ਨੇ ਇਹ ਸੂਰਜ ਚੜਨ ਤੋਂ ਲੈ ਕੇ ਸੂਰਜ ਪਖੰਡ ਤੱਕ ਦਾ ਵੇਲਾ ਹੁੰਦਾ ਹੈ ਘੜੀ ਮੁਜਬ ਸਵੇਰ 6 ਤੋਂ ਲੈ ਕੇ ਸਵੇਰ 9 ਤੱਕ ਦਾ ਪਹਿਰ ਧੰਮੀ ਵੇਲਾ ਜਾਂ ਧੰਮੀ ਪਹਿਰ ਕਵਾਂਦਾ ਹੈ ਪੰਜਾਬੀ ਵਿੱਚ ਇਹ ਆਖਤ ਮਸ਼ਹੂਰ ਹੈ ਕਿ ਹੋ ਗਈ ਧੰਮੀ ਦੇਈ ਨਹੀਂ ਜੰਮੀ ਜਦ ਕੇ ਪੰਜਾਬੀ ਗੀਤਾਂ ਵਿੱਚ ਵੀ ਇਹਨੂੰ ਵਰਤਿਆ ਗਿਆ ਹੈ ਜਿਵੇਂ ਕਿ ਉਹ ਕੁੱਕੜਾ ਧੰਮੀ ਦਿਆ ਕਿਹੇ ਵੇਲੇ ਦਿੱਤੀ ਇਹ ਬਾਂਗ ਮਾਹੀਆ ਟੋਰ ਬੈਠੀ ਤੇ ਮੀ ਕੋ ਪਿੱਛੋ ਲੱਗਾ ਅਰਮਾਨ ਦੂਸਰਾ ਵੇਲਾ ਦੁਪਹਿਰ ਵੇਲਾ ਸੂਰਜ ਐਨ ਸਿਰ ਉੱਤੇ ਹੋਵੇ ਇਸ ਸਮੇਂ ਨੂੰ ਦੁਪਹਿਰ ਆਖਿਆ ਜਾਂਦਾ ਹੈ। ਕਈ ਥਾਵਾਂ ਤੇ ਇਸ ਨੂੰ ਦੁਪাহਾਰੀ ਬੋਲਿਆ ਜਾਂਦਾ ਹੈ। ਘੜੀ ਮੁਜੱਬ ਇਸ ਦਾ ਵੇਲਾ ਸਵੇਰੇ 9 ਵਜੇ ਤੋਂ ਦੁਪਹਿਰ 12 ਵਜੇ ਤੱਕ ਦਾ ਹੈ। ਪੰਜਾਬੀ ਦੇ ਮਹਾਨ ਗਾਇਕ ਗੁਰਦਾਸ ਮਾਨ ਨੇ ਇਹਨੂੰ ਆਪਣੇ ਗਾਣੇ ਵਿੱਚ ਇੰਜ ਵਰਤਿਆ ਹੈ। ਸੱਜਣਾ ਵੇ ਸੱਜਣਾ ਤੇਰੇ ਸ਼ਹਿਰ ਵਾਲੀ ਸਾਨੂੰ ਕਿੰਨੀ ਸੋਹਣੀ ਲੱਗਦੀ ਦੁਪਹਿਰ ਫੇਰ ਵੀ ਪਤਾ ਨਹੀਂ ਸਾਨੂੰ ਮौज ਆਈ ਜਾਂਦੀ ਏ। ਭਵੇਂ ਸਾਡੇ ਸੜ ਗਏ ਨੇ ਪੈਰ ਤੀਜਾ ਪਹਿਰ ਪੇਸ਼ੀ ਵੇਲਾ ਜਦੋਂ ਸੂਰਜ ਪੂਰੇ ਤੌਰ ਤੇ ਸਾਹਮਣੇ ਜਾਂ ਮੋਰੇ ਆ ਜਾਵੇ। ਪੰਜਾਬੀ ਲੋਕ ਇਸ ਇਹਨੂੰ ਪੇਸ਼ੀ ਵੇਲਾ ਆਂਦੇ ਨੇ ਘੜੀ ਮੁਜਬ ਇਹਦਾ ਵੇਲਾ ਦੁਪਹਿਰ 12 ਵਜੇ ਤੋਂ ਲੈ ਕੇ 3 ਵਜੇ ਤੱਕ ਦਾ ਹੁੰਦਾ ਏ ਚੌਥਾ ਪੈਰ ਡਿਗਰ ਵੇਲਾ ਡਿਗਰ ਦਾ ਮਤਲਬ ਹੁੰਦਾ ਏ ਡਿਗਣ ਵਾਲਾ ਡਾਨੋਡੋਲ ਜਾਂ ਮੁਕੰਤੇ ਆਇਆ ਹੋਇਆ ਸੂਰਜ ਡੁੱਬਨ ਤੋਂ ਕੁਝ ਪਹਿਲਾਂ ਦੇ ਵੇਲੇ ਨੂੰ ਡਿਗਰ ਵੇਲਾ ਆਂਦੇ ਨੇ ਮੀਆਂ ਮੁਹੰਮਦ ਬਖਸ਼ ਹੋਰਾ ਇਨੂੰ ਆਪਣੀ ਸ਼ਾਇਰੀ ਵਿੱਚ ਇਸ ਤਰ੍ਹਾਂ ਆਖਿਆ ਏ ਦੁਸ਼ਮਨ ਮਰੇ ਤੇ ਖੁਸ਼ੀ ਨਾ ਕਰੀਏ ਸਜਨਾ ਵੀ ਮਰ ਜਾਣਾ ਡਿਗਰ ਤੇ ਦਿਨ ਆਇਆ ਮੁਹੰਮਦ ਔੜਕ ਨੂੰ ਡੁੱਬ ਜਾਣਾ ਤੇ ਦੂਜੀ ਜਗ੍ਹਾ ਇੰਜ ਇਸਤੇਮਾਲ ਹੋਇਆ ਹੈ ਡਿਗਰ ਹੋਈ ਤੇ ਸ਼ਾਮਾਂ ਪਈਆਂ ਲੋਕ ਘਰਾਂ ਨੂੰ ਆਏ ਉਹ ਨਾ ਆਏ ਪਰਤ ਮੁਹੰਮਦ ਜੋ ਹੱਥੀ ਦਫਨਾਏ ਘੜੀ ਮੁਅੱਜਬ ਇਸ ਦਾ ਵੇਲਾ ਸ਼ਾਮੀ 3 ਤੋਂ ਲੈ ਕੇ ਸ਼ਾਮੀ 6 ਵਜੇ ਤੱਕ ਦਾ ਹੁੰਦਾ ਹੈ ਕਈ ਜਗ੍ਹਾ ਵਿੱਚ ਇਸ ਨੂੰ ਡਿਗਰ ਵੇਲਾ ਤੇ ਕਈ ਥਾਵਾਂ ਵਿੱਚ ਇਹਨੂੰ ਲੋਡਾਵੇਲਿਆ ਵੀ ਆਖਿਆ ਜਾਂਦਾ ਏ ਪੰਜਵਾਂ ਪੈਰ ਤਰਕਾਲੀ ਵੇਲਾ ਜਾਂ ਨਮਾਸ਼ਾ ਵੇਲਾ ਜਦੋਂ ਸੂਰਜ ਡੁੱਬ ਰਿਹਾ ਹੋਵੇ ਪੰਜਾਬੀ ਵਿੱਚ ਉਸ ਘੜੀ ਨੂੰ ਤਰਕਾਲੀ ਕਹਿੰਦੇ ਨੇ ਜਿਵੇਂ ਕਿ ਸ਼ਿਵ ਕੁਮਾਰ ਬਟਾਲਵੀ ਨੇ ਆਖਿਆ ਪਿੰਡ ਦੀਆਂ ਢੀਗਾਂ ਤੇ ਲੁਕ ਲੁਕ ਉੱਗਿਆ ਵੇ ਪੀਲਾ ਪੀਲਾ ਕਿਰਨਾਂ ਦਾ ਖਾ ਰੁਕ ਰੁਕ ਹੋਈਆਂ ਤਰਕਾਲੀ ਸਾਨੂੰ ਚੰਨਾ ਵੇ ਹੋਰ ਸਾਥੋਂ ਰੁਕਿਆ ਨਾ ਜਾ ਕਈ ਜਗ੍ਹਾ ਵਿੱਚ ਇਸ ਨੂੰ ਨਮਾਸ਼ਾ ਵੇਲਾ ਵੀ ਸੱਦਿਆ ਜਾਂਦਾ ਏ ਨਮਾਸ਼ਾ ਦਾ ਮਤਲਬ ਹੁੰਦਾ ਏ ਹਲਕੀ ਹਲਕੀ ਸ਼ਾਮ ਸੂਰਜ ਡੁੱਬਦਿਆਂ ਸਾਰਾ ਸ਼ਾਮ ਦਾ ਵੇਲਾ ਇਸ ਬਾਰੇ ਵਾਰਿਸ ਸ਼ਾਹ ਹੋਰਾਂ ਨੇ ਆਖਿਆ ਖੇਡਣ ਲੱਗੀ ਮੂੰ ਨਾ ਸੂਜੇ ਘਰੋਂ ਨਿਕਲੀ ਨਮਾਸ਼ਾ ਹੋਈ ਨਹੀਂ ਆਈ ਕਈ ਥਾਂ ਵਿੱਚ ਇਸ ਨੂੰ ਆਥਨ ਵੇਲਾ ਸਾਂਝ ਵੇਲਾ ਜਾਂ ਸਾਂਝ ਵੇਲਾ ਵੀ ਬੋਲਿਆ ਜਾਂਦਾ ਹੈ ਘੜੀ ਅਨੁਸਾਰ ਇਸ ਦਾ ਤਰਕਾਲੀ 6 ਵਜੇ ਤੋਂ ਲੈ ਕੇ ਰਾਤੀ 9 ਵਜੇ ਤੱਕ ਦਾ ਹੈ ਛੇਵਾਂ ਪਹਿਰ ਸੁੱਤਾ ਵੇਲਾ ਇਸ ਦੇ ਨਾਂ ਨਾਲ ਪੰਜਾਬੀ ਦੀ ਇੱਕ ਮਸ਼ਹੂਰ ਆਖਣ ਹੈ ਉੱਤੋਂ ਪਿਆ ਸੁੱਤਾ ਕਿ ਚੀਚੀ ਕੁੰਨਾ ਧੋਤਾ ਪੰਜਾਬੀ ਬੋਲੀ ਵਿੱਚ ਸੌਣ ਵਾਲੇ ਸਮੇਂ ਨੂੰ ਸੁੱਤਾ ਵੇਲਾ ਬੋਲਿਆ ਜਾਂਦਾ ਹੈ ਘੜੀ ਦੀ ਰੂ ਨਾਲ ਇਸ ਦਾ ਵੇਲਾ ਰਾਤੀ 9 ਵਜੇ ਤੋਂ ਲੈ ਕੇ ਰਾਤੀ 12 ਵਜੇ ਤਿਕ ਦਾ ਹੈ ਕਈ ਥਾਵਾਂ ਨੂੰ ਇਸ ਨੂੰ ਕੁਫਤਾ ਵੇਲਾ ਵੀ ਬੋਲਦੇ ਨੇ ਸੁੱਤਾ ਵੇਲਾ ਰਾਤ ਦਾ ਪਹਿਲਾ ਪੈਰ ਵੀ ਹੁੰਦਾ ਹੈ ਸਤਵਾਂ ਪੈਰ ਅਧਰਾਤ ਵੇਲਾ ਅੱਧੀ ਰਾਤ ਨੂੰ ਆਖਿਆ ਜਾਂਦਾ ਹੈ ਸ਼ਿਵ ਕੁਮਾਰ ਬਟਾਲਵੀ ਦੇ ਇੱਕ ਧਮ ਮਚੇ ਗੀਤ ਦੀ ਸਤਾਵਤ ਬੋਲਾਂ ਵਿੱਚ ਇਹ ਵੇਲਾ ਢਲਕਾ ਮਾਰਦਾ ਦਿਖਾਈ ਦਿੰਦਾ ਹੈ ਮਾਏ ਨੀ ਮਾਏ ਮੇਰੇ ਗੀਤਾਂ ਦੇ ਨੈਣਾ ਵਿੱਚ ਬਰਹੋਂ ਦੀ ਰੜਕ ਪਵੇ ਅੱਧੀ ਅੱਧੀ ਰਾਤ ਉੱਠ ਰੋਏ ਮੋਏ ਮਿੱਤਰਾਂ ਨੂੰ ਮਾਏ ਸਾਨੂੰ ਨੀਂਦ ਨਾ ਪਵੇ ਘੜੀ ਮੁਜਬ ਇਹ ਵੇਲਾ ਰਾਤੀ 12 ਵਜੇ ਤੋਂ ਲੈ ਕੇ ਰਾਤੀ 3 ਵਜੇ ਤੱਕ ਦਾ ਹੈ ਤੇ ਰਾਤ ਦਾ ਦੂਜਾ ਪੈਰ ਕੋਆਇਆ ਜਾਂਦਾ ਏ ਅੱਠਵਾਂ ਪੈਰ ਸਰਗੀ ਵੇਲਾ ਰੋਜ਼ੇ ਦੇ ਮਹੀਨਿਆਂ ਵਿੱਚ ਮੁਸਲਮਾਨ ਜਿਹੜੇ ਵੇਲੇ ਸਹਰੀ ਖਾ ਕੇ ਰੋਜ਼ਾ ਰੱਖਦੇ ਨੇ ਦੇਸ਼ ਪੰਜਾਬ ਦੇ ਵਾਸੀ ਉਹਨੂੰ ਸਰਗੀ ਵੇਲਾ ਬੋਲਦੇ ਨੇ ਕਈ ਥਾਵਾਂ ਤੇ ਇਸ ਵੇਲੇ ਨੂੰ ਅਸੂਰ ਵੇਲਾ ਵੀ ਸੱਦਦੇ ਨੇ ਘੜੀ ਦੀ ਰੂਹ ਨਾਲ ਇਹ ਵੇਲਾ ਰਾਤੀ 3 ਵਜੇ ਤੋਂ ਲੈ ਕੇ ਸਵੇਰ 6 ਵਜੇ ਤੱਕ ਦਾ ਹੈ